के हजूर गरीब नाज किन्ना दा असी जस गा रहे हैं मेल दिया है इहदे बारे आपने फरमाया सी कि असा अजे उन्हां नूं मेल दिया जेड़े के सत युग त्रेता ते द्वापर च साडे ही नाल रहे ने उन्हां नूं अजे मेल दिया वैसे महाराज फरमाया कि सारी दुनिया इस झंडे थले आउणा है पर अज इस वक्त जे आप होर काल चल रही है कि मैं लेख लाका मैं किले वाला वा मैं आवा ये पता नहीं की हो रही है पता नहीं हो की रहा ये हो रहा दे के महाराजे ने है ते साडे पुराने मेली ए वेखीए के ए साडे ते सिदक रखते ने के छड जांदे साडी परीख्या हो रही है होर कोई नहीं परीख्या साडी हो रही है ओने तुसी सारे ही सतयुग त्रेता द्वापर तो महाराज जी का पाकिस्तान तो कौन ते थोड़े ही समय होए ते मंडी दी संगत ते काफी आई है इत्थों एक चिट्ठी आई के महाराज जी असीं आप दा जन्मदिन प्रकाश दिन मना रहे हैं ते आप दर्शन देओ ओ चिट्ठी मामला पड़ी ते दास जी महाराज के चरणों में बैठा सी वो आके सुनाई साहब कहते ने बंद जन्मदिन साडा मनांदे ने उस जन्मदिन की उड़ीक करना जेड़ा जन्मदिन सारी दुनिया ने मनांदे निकल जाता इन्होंने
ਸਾਡਾ ਬਚਨ ਮੰਨਣਾ ਨਹੀਂ ਪਰ ਐਸੀ ਬਣਾਵਟ ਬਣਾਈ ਹੈ ਜਿਹੜੀ ਕਿ ਉਹਨਾਂ ਨੂੰ ਮੰਨਣਾ ਪਏ ਉਹ ਇਹ ਬਣਾਵਟ ਬਣਾਈ ਗਈ ਕਿ ਦਸਮ ਪਾਤਸ਼ਾਹ ਦਾ ਬਚਨ ਹੈ ਕਿ ਪੰਜ ਰਹਿਤ ਮਰਿਆਦਾ ਵਾਲੇ ਸਿੱਖ ਸਿੱਖਾਂ ਦਾ ਬਚਨ ਮੈਨੂੰ ਮੰਨਣਾ ਪੈਂਦਾ ਭਾਈ ਦਇਆ ਸਿੰਘ ਜੀ ਪੰਜ ਸਿੱਖ ਲੈ ਕੇ ਸਾਹਿਬਾਂ ਨੂੰ ਕੋਲ ਗਏ ਕਹਿਣ ਲੱਗੇ ਸਾਹਿਬਾਂ ਕਿ ਮਹਾਰਾਜ ਜੀ ਅਸੀਂ ਕਿੰਨੇ ਆ ਸਾਹਿਬਾਂ ਨੇ ਪੰਜ ਅਖੇ ਸਾਡੀ ਰਹਿਤ ਜ਼ਿਆਦਾ ਪੂਰੀ ਹੈ ਅਖੇ ਪੂਰੀ ਹੈ ਆਖਣ ਲੱਗੇ ਫਿਰ ਤੁਹਾਡਾ ਹੁਕਮ ਹੈ ਕਿ ਬਚਨ ਹੈ ਤੁਹਾਡਾ ਕਿ ਪੰਜ ਸਿੱਖ ਰਹਿਤ ਮਰਿਆਦਾ ਵਾਲੇ ਜਿਹੜਾ ਕੋਈ ਬਚਨ ਜਾਂ ਹੁਕਮ ਕਰਨ ਉਹ ਮੈਂ ਵੀ ਮੰਨ ਮੈਨੂੰ ਵੀ ਮੰਨਣਾ ਪੈਂਦਾ ਤੇ ਫਿਰ ਅਸੀਂ ਤੁਹਾਨੂੰ ਹੁਕਮ ਦਿੰਦੇ ਹਾਂ ਭਾਈ ਦਇਆ ਸਿੰਘ ਜੀ ਆਉਂਦੇ ਨੇ ਅਸੀਂ ਤੁਹਾਨੂੰ ਹੁਕਮ ਦਿੰਦੇ ਹਾਂ ਕਿ ਅੱਜ ਰਾਤ ਤੁਸੀਂ ਇੱਥੋਂ ਨਿਕਲ ਜਾਓ ਸ਼ਾਇਦ ਬੜੇ ਜੋਸ਼ ਚ ਆ ਗਏ ਬੜੇ ਜੋਸ਼ ਚ ਆ ਕੇ ਕਹਿੰਦੇ ਨੇ ਐਸਾ ਹੁਕਮ ਕਰਕੇ ਤੁਸੀਂ ਮੈਨੂੰ ਕੀ ਜਾਣਦੇ ਹੋ ਤੁਸੀਂ ਮੈਨੂੰ ਕੀ ਜਾਣਦੇ ਹੋ ਸਾਹਿਬਾਂ ਨੇ ਇਤਿਹਾਸ ਲਿਖੀ ਹੈ ਕਿ ਗੁਰੂ ਨਾਨਕ ਨੂੰ 100 ਮਨ ਸ਼ਕਤ ਮਿਲੀ 100 ਮਨ ਪੱਕਾ ਨਵੇਂ ਪਾਤਸ਼ਾਹ ਪਰ ਕਿਸੇ ਨੇ ਵਰਤੀ ਦਸਵੇਂ ਪਾਤਸ਼ਾਹ ਨੂੰ ਜਦੋਂ ਕਿਹਾ ਕਿ ਤੁਸੀਂ ਅੱਜ ਇੱਥੋਂ ਰਾਤ ਨੂੰ ਨਿਕਲ ਜਾਓ ਤੇ ਉਹ 100 ਮਨ ਦੇ ਵਿੱਚੋਂ 100 ਪਲੰਗ ਚ ਆ ਗਏ ਉਹਦੇ ਵਿੱਚੋਂ ਇੱਕ ਪਾ ਵਰਤੀ ਹਜ਼ੂਰ ਕਹਿਣਗੇ ਕਪਾਹ ਸ਼ਕਤ ਖਾਓ ਇਸ ਕਰਕੇ ਕਿ ਇਸ ਪੰਜੇ ਮੈਨੂੰ ਕਾਇਰ ਬਣਾਉਂਦੇ ਨੇ ਮੈਂ ਇਹਨਾਂ ਨੂੰ ਕਲੀਆਂ ਛੱਡ ਕੇ ਆਪਣੀ ਜਾਨ ਬਚਾ ਇਹ ਨਹੀਂ ਇਸ ਕਰਕੇ ਉਹ ਪਾਸ਼ਕ ਵੱਡੀ ਕੀ ਕੀਤਾ ਇੱਕ ਟੀਮ ਛੱਡਿਆ ਟੀਮ ਕਿੱਧਰ ਗਿਆ ਕਲੀ ਪੈ ਗਈ 10 ਤੱਕ ਮਰ ਗਿਆ ਕਹਿਣ ਲੱਗਾ ਮੈਨੂੰ ਕੀ ਜਾਣਦੇ ਉਹ ਸ਼ੱਕ ਦਿਖਾਇਆ ਇਸ ਕਰਕੇ ਕਿ ਤੁਸੀਂ ਮੈਨੂੰ ਜਾਣਦੇ ਕੀ ਹੋ ਪਰ ਆਖਣਗੇ ਨਹੀਂ ਦੂਜਾ ਬਚਨ ਨਹੀਂ ਮੈਂ ਮੰਨਦਾ ਹੀ ਨਹੀਂ ਦੂਜਾ ਕੀ ਕਿ ਤੁਹਾਡਾ ਜਿਹੜਾ ਪੰਜਾਂ ਦਾ ਉਹ ਬਚਨ ਮੈਂ ਮੰਨਦਾ ਸਾਹਿਬਾਂ ਨੇ ਕੌਟਾ ਕੀਤਾ ਕੌਟਾ ਕੀ ਕੀਤਾ ਕਿ ਉੱਥੇ ਗੁਰੂ ਕੇ ਸਿੱਖ ਇਤਿਹਾਸ ਗਵਾਏ ਉਹਨਾਂ ਦੀ ਸ਼ਕਲ ਦਸਮ ਪਾਤਸ਼ਾਹ ਨੂੰ ਮਿਲਦੀ ਸੀ ਉਹਨਾਂ ਨੂੰ ਸਾਹਿਬਾਂ ਨੇ ਆਪਣਾ ਸਾਰਾ ਬਾਣਾ ਲਾ ਕੇ ਪਹਿਨਾਇਆ ਜਿਨ੍ਹਾਂ ਦੀ ਸ਼ਕਲ ਮਿਲਦੀ ਸੀ ਨਾ ਦਸਮ ਪਾਤਸ਼ਾਹ ਉਹਨਾਂ ਨੂੰ ਆਪਣਾ ਬਾਣਾ ਸਾਰਾ ਲਾ ਕੇ ਧੁਆਇਆ ਆਪ ਤੇ ਕਲਗੀ ਤੋੜਾ ਲਾਇਆ ਜਿਹੜਾ ਆਪਣਾ ਕਲਗੀ ਤੋੜੇ ਇਤਿਹਾਸ ਗਵਾਏ ਉਹਨਾਂ ਨੂੰ ਕਲਗੀ ਤੋੜਾ ਵੀ ਉਸੇ ਤਰ੍ਹਾਂ ਲਾਇਆ ਜਿਸ ਆਪ ਲਾਉਂਦੇ ਸਨ ਤੇ ਵੱਡੀ ਗੱਲ ਕੀਤੀ ਕੀ ਕਿ ਜਿਸ ਤਰ੍ਹਾਂ 9 ਪਾਤਸ਼ਾਹੀਆਂ ਜਿਹਨੂੰ ਬੁਰਾਈ ਕਹਿੰਦੇ ਆਏ ਨੇ ਉਹਨੂੰ ਆਪਣੀ ਗੱਡੀ ਤੇ ਪਾਉਂਦੇ ਰਹੇ ਤੇ ਉਸ ਸਿੱਖ ਨੂੰ ਆਪਣੀ ਗੱਡੀ ਤੇ ਪਾਇਆ ਤੇ ਗੱਡੀ ਦੇ ਬਾਹਰ ਨਾਲ ਉਹਨੂੰ ਆਪਣੀ ਬੁਰਾਈ ਚੋਂ ਹਿੱਸਾ ਦਿੱਤਾ ਤੇ ਕਿਲਿਆ ਪਾਤਸ਼ਾਹ ਕਹਿਣ ਲੱਗਾ ਉਹ ਜੇ ਸਿੱਖ ਨੂੰ ਗੱਡੀ ਤੇ ਪਾਇਆ ਕੋਈ ਪਰ ਦਸਮ ਪਾਤਸ਼ਾਹ ਦੇ ਉਹ ਮੈਂ ਤੁਸੀਂ ਸਾਰੇ ਕੋਈ ਐਵੇਂ ਨਹੀਂ ਤੁਸੀਂ ਸਭ ਵੱਡੇ ਵੱਡੇ ਹੋ ਪਰ ਛੋਟੇ ਨਹੀਂ ਤੁਹਾਡੇ ਤੋਂ ਹੁਣ ਮਹਾਰਾਜ ਨੇ ਬੁਰਿਆਈ ਚ ਛੱਡ ਦਿੱਤਾ ਹੈ ਸਾਹਿਬ ਕਹਿੰਦੇ ਨੇ ਲੋ ਮੈਂ ਬਚਨ ਦੱਸਦਾ ਸਾਹਿਬ ਕਹਿੰਦੇ ਨੇ ਹੁਣ ਜਿਹੜੀ ਦਸਮ ਪਾਤਸ਼ਾਹ ਦੀ ਕਾਢ ਬਾਕੀ ਰਹੀ ਹੈ ਉਹ ਅਸਾਂ ਭੁਗਤਾਨੀ ਹੈ ਜਿਹੜੇ ਉਹਨਾਂ ਨੇ ਪੰਕਤ ਨਹੀਂ ਹੋਣਾ ਦੇਖੋ ਕਿ ਦਸਮ ਪਾਤਸ਼ਾਹ ਜਿੰਨੀ ਕਰ ਗਏ ਨੇ ਉਹਨਾਂ ਬੁਰਿਆਈ ਤੇ ਜਿਹੜਾ ਹਿੱਸਾ ਦਿੱਤਾ ਹੈ ਜਿਹੜੀ ਰਹਿ ਗਈ ਹੈ ਉਹ ਇਸੇ ਕਰਕੇ ਉਹਨਾਂ ਆਪਣਾ ਦਿਲਾਂ ਵੀ ਬੰਨ ਦਿੱਤਾ ਕਿ ਸਾਡੀ ਕਾਢ ਬਾਕੀ ਰਹਿ ਗਈ ਹੈ ਸਾਹਿਬ ਨਹੀਂ ਲੱਗੇ ਕਿ ਉਹ ਹੁਣ ਅਸਾਂ ਤੁਹਾਨੂੰ ਦੇਖੋ ਜਿੱਥੇ ਦਿਖੀ ਹੈ ਉਹ ਕਾਢ ਬਾਕੀ ਹੈ
ਜਿੱਥੇ ਰਹੀਆ ਨਾ ਵਾਹ ਵਾਹ ਤੂੰ ਮੈਨੂੰ ਸੁਣਾਪੇ ਗੁਰਕੇ ਦਾ ਕਿ ਕੁਝ ਗੁਰੂ ਆਪਣੀ ਬੁਰਾਈ ਨੂੰ ਕਾਲ ਕਰ ਗਿਆ ਤੇ ਕੁਝ ਚੇਲੇ ਨੇ ਮਾਰਨਗੇ ਚੇਲਾ ਜਿਹੜਾ ਉਹ ਸਾਡੇ ਵੱਲ ਸਾਰਾ ਮਹਾਰਾਜ ਜੀ ਬਦਲ ਕੀਤਾ ਕਿ ਹੁਣ ਸਾਨੂੰ ਕੋਈ ਫੜ ਕੇ ਸਾਂਦਾ ਅਸੀਂ ਸਾਰੇ ਕੋਲ ਹੀ ਹੁੰਦੇ ਸਨ ਸਾਰਿਆਂ ਨੇ ਨਵੇਂ ਨਵੇਂ ਬਚਨ ਸੁਣੇ ਨੇ ਮੈਂ ਉਹਨਾਂ ਦਾ ਬਚਨ ਸੁਣਾਉਣ ਲੱਗਾ ਸਾਹਿਬ ਕਹਿੰਦੇ ਨੇ ਜਦੋਂ ਸਾਹਿਬਾਨ ਦੀ ਬੁਰੇਪੇ ਦੀ ਵਜ੍ਹਾ ਨਾਲ ਫੜ ਕੇ ਅਸੀਂ ਉਛਾਉਂਦੇ ਸਾਂ ਤੇ ਸਾਹਿਬ ਆਉਂਦੇ ਨੇ ਹੁਣ ਤੇ ਮੈਨੂੰ ਕੋਈ ਫੜ ਕੇ ਉਠਾਉਂਦਾ ਨਾ ਹੁਣ ਮੈਂ ਜਦੋਂ ਦੂਜੀ ਵਾਰੀ ਆਉਣਾ ਮੇਰੇ ਤੇ ਬੜਾ ਜਦੋਂ ਮੈਂ ਦੂਜੀ ਵਾਰੀ ਆਉਣਾ ਮੇਰੇ 'ਚ ਬੜਾ ਜ਼ੋਰ ਹੋਣਾ ਸਾਹਿਬਾਂ ਕਿਹਾ ਉਸ ਵਕਤ ਜਦੋਂ ਅਸੀਂ ਪ੍ਰਗਟ ਹੋਵਾਂਗੇ ਸਾਹਿਬਾਂ ਹੋਦੇ ਤੇ ਖੜਿਆ ਉਦੋਂ ਟੋਪ ਪਾਇਆ ਸੀ ਸਾਹਿਬ ਕਹਿਣ ਲੱਗੇ ਇਸ ਨੂੰ ਟੋਪ ਇਸ ਕਰਕੇ ਹੁਣ ਪਾਇਆ ਕਿ ਇਸ ਟੋਪ ਵਾਲੇ ਨੇ ਦੁਬਾਰਾ ਉਹਨਾਂ ਦੇ ਮਾਲ ਉੱਠ ਕੇ ਕਰਵਾ ਕੇ ਕਿਹਾ ਇਸੇ ਟੋਪ ਵਾਲੇ ਨੇ ਦੁਬਾਰਾ ਉਹਨਾਂ ਦੇ ਇਹ ਟੋਪ ਇਹ ਦੋਸ ਜਿਹੜਾ ਟੋਪ ਮਿਲਣਾ ਨਾ ਉਹ ਦਿਲਗਾਹ ਉਤਰਨਾ ਉਹਨੂੰ ਭਾਵੇਂ ਟੋਪ ਕਹਿ ਲਿਆ ਜੇ ਭਾਵੇਂ ਤਾਜ ਕਹਿ ਲਿਆ ਸਾਹਿਬ ਕਹਿਣ ਲੱਗੇ ਜਦੋਂ ਸਾਡੀ ਇੱਕ ਇੱਕ ਬਚਨ ਨਾਲ ਕਹਿ ਸੁਣਿਆ ਜਦੋਂ ਸਾਡੀ ਪ੍ਰਗਟਤਾ ਹੀ ਹੋਈ ਤੇ ਉਹ ਤੁਕਾਂ ਲਿਖੀਆਂ ਨੇ ਸੌ ਸਾਲੀ ਦੇ ਜੇ ਤੁਕ ਲਿਖੀ ਜਾਂ ਮੈਂ ਸੁਣਾਉਂਦਾ ਜਨਮ ਭੂਮ ਮੇਰਾ ਹੈ ਪਟਨਾ ਇਹ ਸੌ ਸਾਲੀ ਦੀ ਤੁਕ ਜਨਮ ਭੂਮ ਮੈਂ ਉਹ ਪਟਨੇ ਵਾਲਾ ਹੋਵਾਂਗਾ ਦੁਬਾਰਾ ਜਦੋਂ ਮੈਂ ਹੋਵਾਂਗਾ ਹੋਵਾਂਗਾ ਪਟ ਕਿਉਂ ਕਾਲ ਪਟਨੇ ਵਾਲੇ ਦੀ ਜਨਮ ਭੂਮ ਮੇਰਾ ਹੈ ਪਟਨਾ ਇਹ ਸੌ ਸਾਲੀ ਜਾਊਂਗਾ ਦੇਖੂੰਗਾ ਜੋ ਰਾਤੀ ਸੁਪਨਾ ਉਸ ਜਿਹੜੀ ਕਾਲ ਆਉਂਦੀ ਉਹ ਸੁਪਨੇ ਮਲ ਚਲੀ ਗਈ ਤੇ ਜਦੋਂ ਮੈਂ ਦੁਬਾਰਾ ਰੂਪ ਧਾਰ ਕੇ ਆਵਾਂਗਾ ਮੇਰਾ ਰੂਪ ਲਖੇ ਨਾ ਕਹ ਮੂੰਹ ਦਿਖਾੜੂ ਰੱਬ ਜੋ ਰਾਹ ਉਸ ਨਾਲ ਮੈਨੂੰ ਕੋਈ ਪਛਾਣੇ ਦਾ ਨਾ ਕਿਉਂ ਕਿ ਮੈਂ ਹੋਵਾਂਗਾ ਪਟਨੇ ਵਾਲਾ ਹੀ ਸੂਰਜ ਹੋਵਾਂਗਾ ਰੱਬ ਨਾ ਸੂਰਜ ਦਾ ਮੂੰਹ ਦਿਖਾੜੂ ਰੱਬ ਜੋ ਰਾਹ ਰੱਬ ਨਾ ਸੂਰਜ ਦਾ ਕਿ ਮੈਂ ਹੋਵਾਂਗਾ ਉਹ ਪਟਨੇ ਵਾਲਾ ਹੀ ਸੂਰਜ ਮੈਨੂੰ ਰਾਹੂ ਕੀ ਮੈਨੂੰ ਗ੍ਰਹਿ ਲਗਾਓਗੇ ਬੇਨਤੀ ਹੋਈ ਸਭ ਆਉਂਗੇ ਗ੍ਰਹਿ ਦਾ ਪਾਪ ਕੀ ਹੈ ਆ ਮੈਨੇ ਹਾਂ ਟੋਪ ਪਾਇਆ ਟੋਪ ਪਾਇਆ ਉਸ ਵਕਤ ਬਹੁਤੇ ਦੇ ਸਾਰੇ ਕਹਿਣਗੇ ਕਿ ਦਸਮ ਪਾਤਸ਼ਾਹ ਦੀ ਪ੍ਰਗਟ ਹੋ ਗਈ ਕਿਉਂਕਿ ਚਾਰ ਸਾਲੀ ਦਸਮ ਪਾਤਸ਼ਾਹ ਹੀ ਹੋਵੇਗੀ ਪਰ ਅਕਾਲੀ ਜਿਹੜੇ ਨੇ ਉਹ ਟੋਪ ਵੇਖ ਕੇ ਕੁਛ ਸ਼ੰਕਾ ਕਰਨਗੇ ਮਾਰਨਗੇ ਟੋਪ ਬਹੁਤੇ ਦੇ ਦਸਮ ਪਾਤਸ਼ਾਹ ਦਾ ਹੀ ਨਾਂ ਲੈਣਗੇ ਇਸ ਬੰਦੇ ਆਪਣੇ ਬਚਨ ਨੇ ਤੇ ਨਾਂ ਹੋਰ ਹੀ ਜਾਂਦੇ ਨੇ ਉਹਦੇ ਵਿੱਚ ਸਾਨੂੰ ਵੀ ਸਾਡਾ ਨਾਮ ਹੀ ਲੈ ਕਿ ਕਿਹੜਾ ਲਾਈਏ ਇਹ ਪ੍ਰਕਾਰ ਚੱਲੇਗੀ ਇਹ ਜਿਹੜੀ ਹੁਣ ਕਾਲ ਹੋਣੀ ਹੈ ਉਹ ਵੇਖੋ ਇਹ ਲੰਘ ਗਿਆ ਪਹਿਲਾਂ ਕਿ ਜਿੰਨਾ ਚਿਰ ਸੁਭਾਅ ਵਕਤ ਮੈਨੂੰ ਆਪੇ ਗੁੱਸੇ ਦੇ ਨਾਲ ਅੰਮ੍ਰਿਤ ਠਿਕਾਣਾ ਦੇ ਛਕਣੇ ਦਾ ਕਰਦੇ ਰਹੇ ਇਹ ਵੇਖੋ ਲਿਖਿਆ ਕਿੱਥੇ ਦੇ ਜਿੱਥੇ ਲਿਖਿਆ ਨਾ ਉਹ 19 ਪੌੜੀਆਂ ਨੇ ਤੇ 19 ਪੌੜੀਆਂ ਵਿੱਚੋਂ ਜਿਹੜੇ ਬਚਨ ਹੋ ਗਏ ਨੇ ਉਹ ਦਸਮ ਪਾਤਸ਼ਾਹ ਪੁਕਾ ਗਏ ਨੇ ਜਿਹੜੇ ਰਹਿ ਗਏ ਨੇ ਉਹ ਅਜੇ ਹੋਣੇ ਨੇ ਜਿੰਨਾ ਚਿਰ ਮੈਂ ਇੱਕ ਪੜ੍ਹ ਕੇ ਸੁਣਾਉਂਦਾ ਲਿਖਿਆ ਇੱਕ ਪੌੜੀ 'ਚ ਉੱਠੇ ਸਿੰਘ ਬਲਵੰਤ ਵੀ ਬਹੁ ਦੁਸ਼ਟ ਕਪਾਏ ਦੀਨ ਮੁਹੰਮਦੀ ਉੱਠ ਕੇ ਹਿੰਦਕ ਚਲਾਏ ਤਾਂ ਕਲਮਾ ਕੋਈ ਨਾ ਪਰਸੇ ਕੇ ਨਾ ਦਿਗੜ ਲਾਏ ਨਵਾਬ ਦਰੂ ਨਾ ਫਾਇਦਾ ਨਾ ਲੰਡ ਕਟਾਏ ਬਹੁ ਪਲਟੇ ਮਤ ਸੰਭੜਾ ਕੋਈ ਨਾ ਮਕੇਲਾ ਵਾਹ ਵਾਹ ਬਿੰਦ ਨਾਪੇ ਗੁੱਸੇ ਦੇ ਮੈਂ ਤੁਹਾਨੂੰ ਦੱਸਣਾ ਕਿ ਇਹ ਸੁੱਕਦਾ ਇਹ ਸੁੱਖ ਦਾ ਤੇ ਸਾਡੇ ਤੋਂ ਗੈਰ ਸਿੱਖ ਸਵਾਲ ਹੀ ਕਰਦੇ ਕਿ ਇਹ ਜਿਹੜੇ ਉੱਪਰੇ ਬਦਲਦੇ ਕਿ ਮੁਹੰਮਦ ਸਾਹਿਬ ਦਾ ਦੀਨ ਉੱਠ ਚੁੱਕ ਦੇਗਾ ਨਮਾਜ਼ ਬੰਦ ਕਰੋ ਜਾਏਗੀ ਦਰੂਦ ਕਹਿੰਦੇ ਨੇ ਆ ਜਿਹੜਾ ਅਸੀਂ ਅਰਦਾਸਾਂ ਥਾਕੇ ਕਰ ਨੂੰ ਦਰੂਦ ਲਾਉਂਦੇ ਫਾਤਿਹਾ ਉਹਨੂੰ ਕਹਿੰਦੇ ਨੇ ਜਿਹੜਾ ਅਸੀਂ ਕੀਰਤਨ ਸੁਣ ਲਾ ਪੜ੍ਹਦੇ ਤੇ
ਲੜਨਾ ਕਟਾ ਧਨ ਕਟਾ ਤੇ ਤੇਰੀ ਸੁਣਤੇ ਇਹ ਵੀ ਮੰਨ ਕਰ ਦੇਗਾ ਗੁਰੂ ਗੋਬਿੰਦ ਸਿੰਘ ਤੇ ਖਾਂਦਾ ਕਿ ਲਿਖਿਆ ਵਾਹ ਵਾਹ ਕੋ ਬਿੰਦਿਗਾ ਆਪੇ ਗੁਰਚੇ ਦਾ ਅੱਛਾ ਜੇ ਕੋਈ ਸਾਡੇ ਗਾਇ ਸਿੱਖ ਸਾਡੇ ਤੇ ਸਵਾਲ ਕਰੇ ਕਿ ਇਹ ਜਿਹੜਾ ਇਹ ਕੰਮ ਤੇ ਗੁਰੂ ਗੋਬਿੰਦ ਸਿੰਘ ਕਰਕੇ ਹੀ ਨਹੀਂ ਗਏ ਤੇ ਉਹਨਾਂ ਨੂੰ ਵਾਹ ਵਾਹ ਕਰਦੀ ਤੇ ਉਹਦਾ ਇਹ ਜਵਾਬ ਹੈ ਉਹਦਾ ਇਹ ਜਵਾਬ ਹੈ ਕਿ ਇਹ ਤੇਰੀ ਕਾਲ ਹੈ ਸਾਨੂੰ ਪਰਮਾਤੇ ਨੇ ਨਾ ਜਿਹੜੇ ਸਾਨੂੰ ਕਿ ਮੈਂ ਆ ਗਿਆ ਉਹਨਾਂ ਨੂੰ ਉਹਨਾਂ ਕੋਲ ਬੰਦੇ ਪਤਾ ਕੌਣ ਨੇ ਜਿਹਨਾਂ ਦਾ ਪੀਲਾ ਤੱਪ ਥੋੜਾ ਹੈ ਉਹਨਾਂ ਇੱਕ ਭਜਨ ਸੁਣਾਇਆ ਜਿਹੜਾ ਕਿ ਮੈਂ ਮਹਾਰਾਜ ਕੀ ਪਵਿੱਤਰ ਦਸਾਂ ਤੋਂ ਸੁਣਿਆ ਉਹ ਕਰਨ ਲੱਗਾ ਬਾਬਾ ਮੱਲਾ ਸਿੰਘ ਜੀ ਕਹਿੰਦੇ ਨੇ ਸਾਨੂੰ ਕਹਿੰਦੇ ਨੇ ਮਾੜੇ ਸੀਗਾ ਸਾਨੂੰ ਕਹਿੰਦੇ ਨੇ ਆਉਂਦੇ ਨੇ ਸਾਨੂੰ ਦੁਨੀਆਂ ਤੇ ਆਉਣ ਦੀ ਲੋੜ ਕੋਈ ਨਹੀਂ ਸੀ ਬਾਬਾ ਮੱਲਾ ਸਿੰਘ ਜੀ ਜਿਹੜੇ ਆਪ ਪਰਮੇਸ਼ਰ ਦਾ ਵੀ ਗੁਰੂ ਹੋਏ ਨੇ ਉਹ ਆਉਂਦੇ ਨੇ ਕਿ ਸਾਨੂੰ ਦੁਨੀਆਂ ਤੇ ਆਉਣ ਦੀ ਲੋੜ ਕੋਈ ਨਹੀਂ ਸੀ ਪਰ ਇੱਕ ਠੁੱਲਾ ਸਾਨੂੰ ਦੁਨੀਆਂ ਤੇ ਲਿਆ ਉਹ ਕੀ ਸੀ ਕਿ ਜਿਹੜਾ ਸਾਡਾ ਦਰਸ਼ਨ ਕਰੇ ਧਰਮਰਾਜ ਸਾਹਿਬ ਨਾ ਪੁੱਛੇ ਤੇ ਨਾ ਸਾਨੂੰ ਆਂਦੇ ਨੇ ਇਹ ਸਾਡਾ ਫੁਰਨਾ ਪੂਰਾ ਨਹੀਂ ਹੋਇਆ ਇਹ ਫੁਰਨਾ ਤੁਹਾਡੀ ਦੇਹ ਦੇ ਹੋਵੇਗਾ ਤੁਹਾਡਾ ਦਰਸ਼ਨ ਕਰੇਗਾ ਧਰਮਰਾਜ ਸਾਹਿਬ ਨਹੀਂ ਪੁੱਛੇਗਾ ਹੁਣ ਇਹ ਜਿਹੜੀ ਕਾਲ ਕਰਨ ਲੱਗੀ ਹੈ ਇਹ ਤੁਸੀਂ ਜਰਾ ਸਾਰੇ ਵਜੇ ਵਜੇ ਹੋ ਕਿ ਛਾਤਾ ਦੁਆਬੋ ਤੇ ਛਾਲ ਚਲੇ ਆਉਂਦੇ ਹੋ ਮਹਾਰਾਜ ਜੀ ਇੱਕ ਵਾਰੀ ਸੰਗਤ ਦਰਸ਼ਨ ਜੁੜੀ ਸੀ ਸਾਹਿਬ ਪੁੱਛਦੇ ਨੇ ਭਾਈ ਸਾਧ ਸਿੰਘ ਜੀ ਇਹ ਦੱਸੋ ਕਿ ਪੂਰਨਮਾਸੀ ਦਾ ਚੰਦਰਮਾ ਕਿੰਨਾ ਕੁ ਹੁੰਦਾ ਸੰਗਤ ਨੂੰ ਪੁੱਛਦੇ ਨੇ ਆਪ ਉਹਨਾਂ ਆਖਿਆ ਜੀ ਪੂਰਾ ਤੇ ਆਉਂਦੇ ਨੇ ਜਦੋਂ ਮੱਸਿਆ ਆ ਜਾਏ ਤਾਂ ਉਹ ਪਹਿਲਾਂ ਜਦੋਂ ਚੜ੍ਹਦਾ ਮੱਸਿਆ ਤੋਂ ਇੱਕ ਦੋ ਦਿਨ ਪਹਿਲਾਂ ਚੰਦਰਮਾ ਕਿੱਦਾਂ ਕੁ ਹੁੰਦਾ ਸੰਗਤ ਨਾਲ ਨਹੀਂ ਉਦੋਂ ਕਪੜ ਹੀ ਰਹਿ ਜਾਂਦੀ ਹੈ ਮਰਸਿਆ ਦੇ ਨੇੜੇ ਆ ਕੇ ਕਦੇ ਜੇ ਜਾ ਤੇ ਸਾਹਿਬ ਆਇਆ ਸ਼ਰਾਧ ਫੇਰ ਕੇ ਸਾਰੀ ਸੰਗਤ ਆਉਂਦੇ ਨੇ ਆ ਸੰਗਤ ਤੋਂ ਮੈਂ ਬਲਿਆਰ ਜਾਵਾਂ ਕਿ ਗੁਰੂ ਨੇ ਕਤਲ ਨੂੰ ਧਾਰ ਕੇ ਆਇਆ ਬਦਲਾ ਬੜਾ ਛਪਾਇਆ ਗੁਰੂ ਉਹਦੀ ਕਾਲ ਕੀਤੀ ਹੈ ਕੀ ਪੰਥ ਸਾਜਿਆ ਭਜਨ ਬਦਲਿਆ ਜਿਹੜੀ ਲਹਿ ਦੇ ਸੱਚ ਕੋ ਵਟਾਈ ਹੈ ਕੰਮ ਗੁਰੂਆਂ ਨਾਲ ਕੀਤਾ ਤੇ ਆਏ ਸੰਤ ਜਾਮੇ ਨੇ ਜਾਮੇ ਵਿੱਚ ਨੇ ਤੇ ਸੰਤ ਜਾਮੇ ਵਿੱਚ ਇਹ ਸੰਗਤ ਨੇ ਸਾਨੂੰ ਫੇਰ ਪਛਾਣ ਕੇ ਤੇ ਚੁਕੂਟੇ ਕੰਮੇ ਮਿਲਦੇ ਬਸ ਮੈਂ ਸੰਗਤ ਤੋਂ ਬਦਿਆ ਕਰ ਮੈਂ ਛੁੱਪ ਕੇ ਆਇਆ ਇਹ ਲੱਫੇ ਮੈਨੂੰ ਪਛਾਣ ਲਿਆ ਇਹ ਜਿਹੜੇ ਬਚਨ ਨੇ ਇਹਨਾਂ ਬਚਨ ਵੇਖੀਏ ਕਿ ਤੁਸੀਂ ਸਾਰੇ ਸੰਗਤ ਜਿਹੜੀ ਮਿਲੀ ਹੈ ਇਹ ਕੋਈ ਛੋਟੀ ਨਹੀਂ ਮੈਂ ਇਹ ਬਚਨ ਤਾਂ ਕਰਨਾ ਪਿਆ ਕਿ ਸਾਨੂੰ ਭਰੋਸੇ ਤੇ ਲੈਣਾ ਚਾਹੀਦਾ ਹੁਣ ਸਾਬਕ ਕਿਹਾ ਜਿਹੜਾ ਇੱਕ ਥੁੱਕ ਆਉਂਦੀ ਹੈ ਜੁੱਧ ਮੈਂ ਥੋੜ੍ਹਾ ਜੁੱਧ ਮੇਰਾ ਮਨ ਤਾਂ ਫੁਰੇਗਾ ਸੁੱਧ ਇਹਦਾ ਸਾਬਕ ਕੀਤਾ ਕਿ ਹੁਣ ਇੱਕ ਆਪ ਇਹ ਸਾਹਿਬ ਨੂੰ ਪਹਿਲਾਂ ਅਸੀਂ ਤਾਂ ਨਹੀਂ ਦਿੱਤਾ ਕੋਈ ਨਹੀਂ ਹੁਣ ਦੇਣ ਦਾ ਸਮਾਂ ਆਇਆ ਪਹਿਲੀ ਸਾਡੀ ਦਾਤ ਦੀ ਇਹ ਨਿਸ਼ਾਨੀ ਹੋਵੇਗੀ ਕਿ ਇਹ ਸੰਗਤ ਜਿਹੜੀ ਰਹਿਤ ਰੱਖਦੀ ਹੈ ਜਿਹੜੀ ਬਚਨ ਮੰਨਦੀ ਹੈ ਇਹਨੂੰ ਇੱਕ ਦਾਤ ਪਹਿਲਾਂ ਦੇਣੀ
ਔਖੀ ਦਾਤ ਵੇਖੋ ਦਾਤ ਕੀ ਹੈ ਨਾ ਕਲਸੋਂ ਦੇਪੂ ਨਾ ਕਲਸੋਂ ਦੇਪੂ ਨਾ ਮਾਨਸੋਂ ਦੇਪੂ ਰਸਨਾ ਦੇਪੂ ਨਾ ਨਾ ਆ ਜਿਹੜਾ ਫਾਇਦੇ ਨੇ ਕਾਲ ਕਹਿੰਦੇ ਨੇ ਥਨ ਹੁਣ ਨਾ ਉਹ ਫਾਣਾ ਦੇਪਣਾ ਪਏਗਾ ਅਸਲਾ ਮਦਦ ਵੀ ਸਿਮਰਨਾ ਨਹੀਂ ਫੇਰਨਾ ਪਏਗਾ ਨਾ ਕਲਸੋਂ ਦੇਪੂ ਨਾ ਮਨ ਅੰਦਰ ਧਿਆਨ ਆ ਕੇ ਮੰਨਣਾ ਨਹੀਂ ਜਪੀਦਾ ਇਹ ਵੀ ਇਹਦਾ ਮੈਨੂੰ ਜਪਣਾ ਪੈਣਾ ਤੇ ਰਸਣਾ ਜਪਣਾ ਤੇ ਰਸਣਾ ਨਾ ਮੈਨੂੰ ਜਪਣਾ ਪੈਣਾ ਹੁਣ ਇੱਕ ਦਾਤ ਇਸ ਪੰਥ ਨੂੰ ਸਾਹਿਬਾਂ ਨੇ ਦੇਣੀ ਹੈ ਉਹ ਕਿਸਨੇ ਸੁਣਿਆ ਜੇ ਇੱਕ ਮਾਈ ਆਉਂਦੀ ਹੈ ਮਹਾਰਾਜ ਜੀ ਮਹਾਰਾਜ ਨੇ ਹਾਂ ਜੀ ਕਿ ਹੁਣ ਕਿਉਂ ਵੱਖਰਾ ਵਾਲਾ ਭਜਨ ਨਹੀਂ ਕਰਨਾ ਮਾਰਿਆ ਨੇ ਸਾਡੀ ਨੀ ਸੁਣ ਹੁਣ ਭਜਨ ਕਰਨਾ ਆਪਣੇ ਆਪ ਹੁਣ ਆਪਣੇ ਆਪ ਭਜਨ ਕਰਨੇਗਾ ਸਾਰੇ ਸੁਣੋ ਇਹ ਆਪਣੇ ਆਪ ਕਿਉਂਕਿ ਮਾਰਿਆ ਨੇ ਖਾਲਸਾ ਜੋ ਉਹਨੇ ਪ੍ਰਗਟ ਕੀਤਾ ਸ਼ਹੀਦੀਆਂ ਹੀ ਪ੍ਰਾਪਤ ਕਰਦਾ ਹੈ ਹੁਣ ਖਾਲਸੇ ਨੂੰ ਉਹ ਦਾਤਾਂ ਦੇਣੀਆਂ ਨੇ ਉਹ ਦਾਤਾਂ ਦੇਣੀਆਂ ਨੇ ਉਹ ਦਾਤਾਂ ਦੇਣੀਆਂ ਨੇ ਕਿ ਕੋਈ ਦਾਤ ਪਿੱਛੇ ਰਹਿ ਜਾਂਦਾ ਸਭ ਦਾਤਾਂ ਖਾਲਸੇ ਨੂੰ ਲਿਆ ਲਈਆਂ ਨੇ ਤੇ ਸਾਨੂੰ ਹੁਕਮ ਹੋਇਆ ਕਿ ਖਾਲਸੇ ਨੂੰ ਸਭ ਦਾਤਾਂ ਦਿਓ ਉਹ ਮਾਈ ਮਾਨੇ ਸਾਡੀ ਵੀ ਸੁਣ ਕਿ ਹੁਣ ਇਹ ਨਾਮ ਆਪਣੇ ਆਪ ਚੱਲੇਗਾ ਕਰਨਾ ਨਹੀਂ ਪਏਗਾ ਉਦੋਂ ਵੇਖੀ ਕਿਉਂ ਅੱਖਰਾਂ ਵਾਲਾ ਚੱਲਦਾ ਕਿ ਤੂੰ ਵਾਲਾ ਚੱਲਦਾ ਤੇ ਮਹਾਰਾਜ ਮਾਈ ਨੂੰ ਜਵਾਬ ਦਿੱਤਾ ਇਹ ਹੁਣ ਪਹਿਲਾਂ ਦਾ ਉਹ ਹੁਣ ਹੀ ਕਹੂੰ ਇਹ ਸਾਹਿਬ ਕਹਿੰਦੇ ਦੁੱਧ ਨਹੀਂ ਕਿ ਛੋਟਾ ਦੁੱਧ ਇੱਕ ਛੋਟਾ ਜਿਹਾ ਦੁੱਧ ਚੱਲੇਗਾ ਉਹਦੇ ਵਿੱਚ ਉਹ ਦੁੱਧ ਦੇ ਵਿੱਚ ਕੀ ਹੋਵੇਗਾ ਪੈ ਹੋਵੇਗਾ ਬੜਾ ਪੈ ਹੋਵੇਗਾ ਉਹ ਪੈ ਦੇ ਵਿੱਚ ਦੁਨੀਆਂ ਸਾਰੀ ਜਿਹੜੀ ਹੈ ਉਹ ਪੈ ਪਾ ਹੋਵੇਗੀ ਤੇ ਪਤਾ ਤੇ ਇਹ ਖਾਲਸੇ ਨੂੰ ਕੀ ਹੋਵੇਗਾ ਇਹ ਖਾਲਸੇ ਨੂੰ ਚਾਹ ਚੜੇਗਾ ਦੁਨੀਆਂ ਪੈ ਹੋਵੇਗੀ ਇਸ ਖਾਲਸੇ ਨੂੰ ਚਾਹ ਚੜੇਗਾ ਕਿ ਜਿਹੜੇ ਬਦਲ ਕਦੀ ਸੁਣਦੇ ਸਨ ਹੁਣ ਅੱਖੀ ਪੈਦੇ ਨੇ ਇਹ ਅੱਖੀ ਵਿਖਾਉਣਗੇ ਕੀ ਹੋਵੇਗਾ ਉਹ ਭਜਨ ਆਪਣੇ ਆਪ ਚੱਲੇਗਾ ਆਪਣੇ ਆਪ ਕਰਨਾ ਪਏਗਾ ਨਾ ਤੇ ਜਿਹੜੀਆਂ ਹੋਰ ਪਾਲੇ ਮਾਰੇ ਇਹ ਵੀ ਇੱਕ ਭਜਨ ਕੀਤਾ ਕਿ ਜੋ ਕੋਈ ਖਾਲਸੇ ਨੂੰ ਦਿੱਤਾ ਜਾਣਾ ਹੁਣ ਉਹ ਮੈਂ ਆਪ ਵੇਖ ਵੇਖ ਕੇ ਹਰਾਨ ਜਾਊਂ ਇਹਨਾਂ ਕੁਛ ਖਾਲਸੇ ਨੂੰ ਮਿਲਣਾ ਤੇ ਮੈਂ ਬੇਨਤੀ ਕਰਨਾ ਕਿ ਇਹ ਇੰਨਾ ਜਿਹੜਾ ਜੋ ਕੁਝ ਪਹਿਲਾਂ ਸਾਡੇ ਵੱਡੇ ਪਿਛਲੇ ਭਾਗ ਸਮਝ ਲਓ ਜਾਂ ਕਿਰਿਆ ਦੀ ਕਿਰਪਾ ਸਮਝ ਲਓ ਜਿਸ ਸਾਨੂੰ ਮਿਲਿਆ ਤੇ ਹੁਣ ਉਹਨਾਂ ਦਾਤਾਂ ਦੇਣੀਆਂ ਨੇ ਤੇ ਅਸੀਂ ਭਰੋਸੇ ਦਾ ਰਹੀਏ ਅੱਜ ਕਿਰਿਆ ਸਾਡਾ ਨਿਸ਼ਾਨ ਸਾਹਿਬ ਇਹ ਨਿਸ਼ਾਨ ਸਾਹਿਬ ਕਿਹੜੇ ਵੀ ਚੜਿਆ ਸੀ ਉੱਥੇ ਇੱਕ ਮਾਰੇ ਧਾਰਦਾ ਸੀ ਤੇ ਉਹ ਧਾਰ ਮੈਂ ਦਿਹਾੜੀ ਪੜ੍ਹਨ ਲੱਗਿਆ ਸਾਡੇ ਸੰਤ ਦੇ ਨਾਲ ਸਾਹਿਬ ਦੇ ਵੀ ਕਾਲ ਯੁਗ ਵਿੱਚ ਚੰਡਾ ਤੂੰ ਰਿਹਾ 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 ਕਾਲ ਯੁਗ ਵਿੱਚ ਚੰਡਾ ਚੂਲ ਰਿਹਾ ਚੂਲੇ ਨਾਨਕ ਸ਼ਾਹੀ ਕਾਲ ਯੁਗ ਵਿੱਚ ਚੰਡਾ ਚੂਲ ਰਿਹਾ ਕਾਲ ਯੁਗ ਵਿੱਚ ਚੰਡਾ ਚੂਲ ਰਿਹਾ ਚੂਲੇ ਨਾਨਕ ਸ਼ਾਹੀ ਕਾਲ ਯੁਗ ਵਿੱਚ ਚੰਡਾ ਚੂਲ ਰਿਹਾ ਕਾਲ ਯੁਗ ਵਿੱਚ ਚੰਡਾ ਚੂਲ ਰਿਹਾ ਖੁਸ਼ਾਦਾ ਨੇ ਕਿਹਾ ਸਾਡਾ ਨਾਮ ਬਾਣੀ ਦੇ ਚੇਲਾ ਲਿਖਿਆ ਐਸਾ ਚੇਲਾ ਉੱਠ ਸੀ ਰੁਕਨਲ ਐਸਾ ਚੇਲਾ ਉੱਠ ਸੀ ਰੁਕਨਲ ਇਹ ਕਦੋਂ ਚਾਲੀ ਤੁਕ ਕੇ ਇਹ ਜਿਹੜੇ ਸ਼ਬਦ ਦੀ ਤੁਕ ਇਹ ਕਦੋਂ ਚਾਲੀ ਜਦੋਂ ਸਾਹਿਬਾਂ ਰੁਕਨ ਮੀਰ ਪਾਦੀ ਦੇ ਨਾਲ ਮੱਕੇ ਵਿੱਚ ਗੋਸ਼ਤ ਹੋ ਰਹੀ ਹੈ ਤੇ ਬੇਬੇ ਨਾਨਕੀ ਨੇ ਫੁਲਕਾ ਫੁੰਡ ਗਿਆ ਤੇ ਬਜਨ ਹੋਇਆ ਸੀ ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਅਸੀਂ ਪਹੁੰਚਾਂਗੇ ਤੇ ਫੁਲਕਾ ਫੁੰਡਿਆ ਤੇ ਆਤਨੇ ਆ ਫੁਲਕਾ ਤੇ ਮੇਰੇ ਵੀਰ ਦੇ ਖਾਣ ਵਾਲਾ ਤੇ ਸਾਹਿਬ ਉੱਥੇ ਬੈਠੀਆਂ ਬੈਠੀ ਗੋਸ਼ਤ ਵਿੱਚ ਆਉਂਦੇ ਨੇ ਕਿ ਸਾਨੂੰ ਖਿੱਚ ਲੱਗੀ ਹੈ ਬੇਬੇ ਨੇ ਯਾਦ ਕੀਤਾ ਅਸੀਂ ਵਾਪਸ ਚੱਲੇ ਹਾਂ ਅੱਛਾ
वो सारे साखी सुनी है पर गुंडी बेचारा उदास होकर पूछता है कि महाराज जी अच्छा चले दिखाओ फिर भी कभी तुहाडा दर्शन होगा। महाराज जी ना हूँ साडा दर्शन नहीं होगा हूँ साडा चेला होगा। उन्होंने जवाब देने शब्द है वो चेले अपने मारेंगे चेला साढ़े वाले चल है तो असा की करना साहबा की असा करना की है आख लगे कोई भी मजहब हर एक मजहब साडा दर्शन ऐसा होगा साडा दर्शन ऐसा होगा कि जिन्हें भी मजहब ने वो कहेंगे वो साधी पोथी च दिखी है ना प्रकट हो गया ये हो दूजे आखेंगे साड़ी पोथी जरा लिखी है ना प्रकट हो गया ये हो सारे कहे तो सारे ही मेरे अपने आप मिलते जाएंगे। साहबा क्या कि वो जिस प्रकट होकर चलोंगे तो की करेंगे पहला लाहौर लिखी है लूटेंगे लाहौर मारेंगे साढ़े चुनना उस वक्त आ नीला बनना वेख के ना मुसलमान कहे ये साडा अकंबर जरा लिखिया साडा वो आ गया। दूजे कहे नहीं ये ईसा आ गया एक कौन होर पजा के पर लहर सारी खालसा की होगी पर कोई थोड़ा जा नवा पग कर लिया कि लिखे ऐसा चेला उसी डुगल जी सपना दे सपना के सिर ना था सपना के सिर ना था जन्म मरण दोनों पे मुक्ता 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 सुंदर जोत पर दाता कल युग में चंडा चूल रिया कल युग में चंडा चूले नानक शाही कल युग बिच चंडा चूल रहा कल युग बिच चंडा चूल रहा की चारे वेद करन जस जिसका 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 जो प्रभु दर्शन दे दर्शन याद कर दे सिफ्ट कर दे दर्शन देने देखे की अपनी हर मंदिर में प्रकट होती हर मंदिर में प्रकट होसी हर मंदिर में प्रकट होसी हर मंदिर में प्रकट होसी कुछ सुना देना एक बारी महाराज ने कौतुक किया बड़े कट्ठे हो गए हरिमंदर साहब के बारे कट्ठे हो गए आए आखन गए जी की कौतुक साहब ने जरा जन्म साहब की लिखी है ना कि यह जरा ना हरिमंदर साहब ये पहला प्रकट होया जो सारे श्री राम से मिलती लक्ष्मण जी सारे मूर्छा हो गए हम तो यह वाल्मीक जी ने पताल झोनू चाहता सी उदों प्रगट हो जाए एक चौथे पातशाह भगत जो कौड़ी ने इनान किया प्रगट हो जाए प्रगट हो जाए तीजी बारी साड़ी हाथी की कार प्रगट उठे हो हरमंदर में प्रगट होसी एक आदमी प्रगट हो एक
ਤੀਜੀ ਵਾਰੀ ਫੇਰ ਪੰਕਲ ਹੋਵੇਗੀ ਤੇ ਹਰਦੀਪ ਕਾਰਬਨ ਬਾਰੇ ਇਸ਼ਾਰਾ ਕੀਤਾ ਕਿ ਇਹ ਕਾਰਬਨ ਫੇਰ ਪੰਕਲ ਹੋਵੇਗੀ ਅੱਗੇ ਦੋ ਵਾਰੀ ਹੋਈ ਹੈ ਤੀਜੀ ਵਾਰੀ ਸਾਨੂੰ ਹੁਕਮ ਹੈ ਇਹਨਾਂ ਇਹ ਫੇਰ ਪੰਕਲ ਹਰਮੰਦਰ ਕਹਿੰਦਾ ਸੰਘ ਰਾਵਤ ਚੌਧਰੀ ਇਹਦਾ ਵੀ ਇਹ ਸਮਝੋ ਕਹਿੰਦੇ ਸੰਘ ਰਾਵਤ ਜੋਤੀ ਦਾ ਸਭਾ ਉੱਥੇ ਕੀਤਾ ਕਿ ਹੁਣ ਤਾਂ ਸਾਡੇ ਚਿਹਰੇ ਪਰ ਮਹਾਰਾਜਾ ਨੇ ਸ਼ਾਂਤ ਰੂਪ ਧਾਰਿਆ ਜਿੰਨਾ ਦੇ ਮਰਜ਼ੀ ਦਰਸ਼ਨ ਕਰੋ ਉਦੋਂ ਜਦੋਂ ਆਹ ਪ੍ਰਗਟ ਹੁੰਦਾ ਸੂਰਜ ਦੇ ਇੱਕ ਵੱਲ ਨਹੀਂ ਨਾ ਅੱਖਾਂ ਲੱਗਦੀਆਂ ਲੱਗ ਲੱਗਦੀਆਂ ਤੇ ਸਾਡਾ ਦਰਸ਼ਨ ਅਸੰਖਾ ਸੂਰਜਾਂ ਵਰਗਾ ਕੋਈ ਛੇ ਛੇ ਵਕਤ ਤੱਕ ਨਹੀਂ ਸਕੇਗਾ ਤੇ ਅਸਾਂ ਹਰਿਮੰਦਰ ਵਿੱਚ ਹਰਦੀ ਵਾਲੀ ਕਾਰ ਪ੍ਰਗਟ ਕਰਾਂਗੇ ਕੀ ਕਰਾਂਗੇ ਸੰਤਾਂ ਤਾਰਨ ਦੁਸ਼ਟ ਸੰਘਾਰਨ ਸੰਤਾਂ ਕਾਰਨ ਦੁਸ਼ਟ ਸੰਘਾਰਨ ਸੰਤਾਂ ਕਾਰਨ ਦੁਸ਼ਟ ਸੰਘਾਰਨ ਸੰਤਾਂ ਤਾਰਨ ਦੁਸ਼ਟ ਸੰਘਾਰਨ ਸੰਤਾਂ ਤਾਰਨ ਦੁਸ਼ਟ ਸੰਘਾਰਨ ਸੰਤਾਂ ਕਾਰਨ ਦੁਸ਼ਟ ਸੰਘਾਰਨ ਸੰਤਾਂ ਕਾਰਨ ਦੁਸ਼ਟ ਸੰਘਾਰਨ ਆਜੀਵੇ ਬਨਨ ਨਾਮ ਲਗੇ ਨੀਲ ਬਥਨ ਬਨਵਾਰੀ ਨੀਲ ਬਥਨ ਬਨਵਾਰੀ ਨੀਲ ਬਸਨ ਬਨਵਾਰੀ ਨੀਲ ਬਸਨ ਬਨਵਾਰੀ ਹੋਰ ਕੰਮ ਕਰਨਗੇ ਉਹ ਮੈਂ ਫੁੱਕੀ ਦੀ ਗਿਆ ਅਗਲੇ ਅਮਲ ਉੱਠੀ ਸਨ ਰੁਕਨ ਅਗਲੇ ਅਮਲ ਉੱਠੀ ਸਨ ਰੁਕਨ ਅਗਲੇ ਅਮਲ ਮੈਂ ਮਹਾਰਾਜ ਕੀ ਦੱਸਣਾ ਲੈ ਕੇ ਨਵਾਂ ਬਚਨ ਸੁਣਾਉਂਦਾ ਕਹਿਣ ਲੱਗੇ ਮਰਿਆਦਾ ਪਹਿਲੀਆਂ ਜਿੰਨੀਆਂ ਸੱਤ ਪੇਪੇ ਵਾਪਸ ਆ ਰਹੀਆਂ ਨੇ ਉਹਨਾਂ ਦੇ ਪਹਿਲੀ ਮਰਿਆਦਾ ਵਿੱਚ ਕੀ ਹੋਵੇਗਾ ਕਲਮਾ ਚੱਲੇਗਾ ਕਲਮਾ ਚੱਲੇਗਾ ਨਵੀਂ ਮਰਿਆਦਾ ਪੈਦਾ ਹੋ ਗਈ ਕਾਲ ਯੁਗ ਵਿੱਚ ਚੰਡਾ ਚੂਲ ਰਿਹਾ ਕਾਲ ਯੁਗ ਵਿੱਚ ਚੰਡਾ ਬਾਅਦ ਮੇ ਜਾਮੇ ਨੇ ਨਾਲੇ ਵਾਲੇ ਮਾਹੀ ਦਾ ਦੀਵਾਨ ਹੋਇਆ।